ਪੰਜਾਬ ਅਤੇ ਪੰਜਾਬ ਦੀ ਤਾਰੀਖ ਜਿੱਥੇ ਸਿੱਖ ਗੁਰੂ ਸਾਹਿਬਾਨ ਅਤੇ ਮੁਸਲਮਾਨ ਫਕੀਰ ਵਲੀਉੱਲਾ ਦੀ ਤਾਲੀਮਾਤ ਅਤੇ ਦਰਗਾਹਾਂ ਨਾਲ ਭਰੀ ਹੋਈ ਹੈ, ਉੱਥੇ ਹੀ ਹਿੰਦੂ ਧਰਮ ਦੇ ਮੰਨਣ ਵਾਲੇ ਕੁਝ ਬਜ਼ੁਰਗਾਂ ਦੀਆਂ ਅਸਥਾਨਾਂ ਵੀ ਨੇ। ਪੰਜਾਬ ਵਿੱਚ ਕੁਝ ਇਹੋ ਜਿਹੀਆਂ ਜਗ੍ਹਾ ਜਿੱਥੇ ਤਿੰਨਾਂ ਮਜ਼ਹਬ ਦੀ ਛਾਪ ਇਕੱਠੀ ਮਿਲਦੀ ਹੈ। ਪੰਜਾਬੀ ਲਹਿਰ ਦੀ ਟੀਮ ਅੱਜ ਤੁਹਾਨੂੰ ਵਿਖਾਉਣ ਜਾ ਰਹੀ ਹੈ ਟਿੱਲਾ ਜੋਗੀਆਂ, ਜੋ ਕਦੀ ਟਿੱਲਾ ਬਾਲਨਾਥ, ਟਿੱਲਾ ਉਦਾਸੀਆਂ, ਟਿੱਲਾ ਬਾਬਾ ਨਾਨਕ ਨਿਰਕਾਰੀ, ਟਿੱਲਾ ਰਾਂਝਾ, ਟਿੱਲਾ ਬਾਲ ਗੁੰਦਾਈ, ਟਿੱਲਾ ਗੋਰਖਨਾਥ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਟਿੱਲਾ ਜੋਗੀਆਂ ਜੋ ਜੇਹਲਮ ਦੇ ਜ਼ਿਲ੍ਹਾ ਵਿੱਚ ਇੱਕ ਪਹਾੜ ਧਾਰਾ ਦੀ ਸਭ ਤੋਂ ਉੱਚੀ ਚੋਟੀ, ਜਿਸ ਦੀ ਉਚਾਈ 3242 ਫੁੱਟ ਹੈ। ਟਿੱਲਾ ਜੋਗੀਆਂ ਉੱਪਰ ਜਾਣ ਲਈ ਵਾਹਤ ਰਸਤਾ ਇੱਕ ਪੈਦਲ ਜਾਣ ਵਾਲਾ ਰਸਤਾ ਹੈ, ਜੋ ਇੰਤਹਾਈ ਮੁਸ਼ਕਿਲ ਅਤੇ ਕਠਿਨ ਰਸਤਾ ਹੈ। ਇਸ ਟਿੱਲੇ 'ਤੇ ਨਾਥ ਪੰਥੀ ਦੇ ਰਹਿਬਰਾਂ ਦੇ ਕਾਫੀ ਮੰਦਰ ਹਨ, ਜਿਨ੍ਹਾਂ ਵਿੱਚ ਸ਼ਿਵ ਸ਼ੰਕਰ ਭੋਲੇਨਾਥ ਜੀ, ਜੋ ਸਾਰੇ ਜੋਗੀਆਂ ਦੇ ਸਵਾਮੀ ਹਨ। ਜੋਗੀਆਂ ਤੋਂ ਅੱਗੇ 12 ਪੰਥ ਉਹਨਾਂ ਨੇ ਹੀ ਚਲਾਏ। ਉਸ ਤੋਂ ਬਾਅਦ ਗੋਰਖਨਾਥ ਜੀ ਦਾ ਮੰਦਰ, ਗੋਰਖਨਾਥ ਜੀ ਵੀ 9 ਨਾਥਾਂ ਵਿੱਚ ਆਉਂਦੇ ਹਨ। ਗੋਰਖਨਾਥ ਜੀ ਨੇ ਹੀ ਕੰਨਪੱਟਾ ਗ੍ਰੰਥ ਚਲਾਇਆ। ਇਸ ਤੋਂ ਇਲਾਵਾ ਇੱਥੇ ਅਸਥਾਨ ਗੁਰੂ ਬਾਬਾ ਮਛਿੰਦਰ ਨਾਥ ਜੀ, ਅਸਥਾਨ ਗੁਰੂ 9 ਨਾਥਾਂ ਕਾ, ਅਸਥਾਨ ਗੁਰੂ ਬਾਬਾ ਸਾਧ ਬਾਲਕ ਨਾਥ ਜੀ, ਅਸਥਾਨ ਗੁਰੂ ਬਾਬਾ ਭੈਰੋ ਨਾਥ ਜੀ। ਇਸ ਤੋਂ ਇਲਾਵਾ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਆਪਣੇ ਆਪਣੇ ਅਦਵਾਰ ਦੇ ਬਾਦਸ਼ਾਹ ਸ਼ੇਰ ਸ਼ਾਹ ਸੂਰੀ, ਬਾਬਰ, ਹੁਮਾਯੂੰ ਅਤੇ ਅਲੈਗਜ਼ੈਂਡਰ ਵੀ ਇਸੇ ਅਸਥਾਨ ਦੇ ਆਏ। ਅਤੇ ਤਾਰੀਖ ਦੱਸਦੀ ਹੈ ਕਿ ਰਾਂਝੇ ਨੇ ਵੀ ਇੱਥੋਂ ਹੀ ਜੋਗ ਲਿਆ ਅਤੇ ਆਪਣੇ ਕੰਨ ਪੜਵਾਏ। ਹੀਰ ਜੋਗੇ ਸਿਆਲਜ਼ਾਦ ਅਤੇ ਰਾਜਪੂਤ ਚੂਚਕ ਦੀ ਧੀ ਸੀ ਅਤੇ ਮਾਲਕੀ ਦੇ ਕੋਕ ਤੋਂ ਜਨਮ ਲਿਆ ਸੀ, ਜੋ ਚਨਾਬ ਦੇ ਕਿਨਾਰੇ ਚੰਗ ਦੀ ਰਹਿਣ ਵਾਲੇ ਸਨ। 926 ਈਸਵੀ ਚੰਗ ਨੂੰ ਰਾਏ ਸਰਜਾ ਨੇ ਵਸਾਇਆ ਸੀ। ਸਿਆਲ ਜੱਟਾਂ ਦੀ ਚੁੱਗੀਆਂ ਤੋਂ ਹੀ ਇਸ ਦਾ ਨਾਮ ਚੰਗ ਸਿਆਲ ਪੈ ਗਿਆ। ਹੀਰ ਦਾ ਵਿਆਹ ਰੰਗਪੁਰ ਦੇ ਵਾਸੀ ਸਈਦਾ ਨਾਮੀ ਖੇੜੇ ਜੱਟ ਨਾਲ ਕਰ ਦਿੱਤਾ ਗਿਆ ਸੀ, ਪਰ ਹੀਰ ਦਾ ਪਿਆਰ ਤਖ਼ਤ ਹਜ਼ਾਰੇ ਦੇ ਵਸਨੀਕ ਮੌਜੂ ਦੇ ਪੁੱਤਰ ਰਾਂਝੇ ਨਾਲ ਸੀ, ਜੋ ਅਖੀਰ ਤੱਕ ਨਿਭਿਆ। ਰਾਂਝੇ ਦੀ ਮੌਤ 1453 ਈਸਵੀ ਵਿੱਚ ਹੋਈ। ਬੁਝਿਸ਼ਕ ਦੀ ਅੱਗ ਨੂੰ ਵਾਲਗੇ ਸਮਾਇਆ ਹੈ ਸ਼ੌਕ ਜਗਾਵਣੇ ਬਾਲਨਾਥ ਦੇ ਟਿੱਲੇ ਦਾ ਰਾਹ ਫੜਿਆ ਮੱਤਾ ਜਾਗਿਆ ਕੰਨ ਪੜਾਵਣੇ ਦਾ ਪਏ ਪਾਲ ਮਲਾਇਆ ਨਾ ਵਕਤ ਆਇਆ ਹੈ ਰਗੜ ਮਨਾਵਣੇ ਦਾ ਜੁਰਮ ਕਰਮ ਤਿਆਗ ਕੇ ਥਾਪ ਬੈਠਾ ਜੋਗੀ ਦੇ ਹੱਥ ਵਕਾਵਣੇ ਦਾ ਇਸ
इस टिले ते एक जोगी बाल गुंदाई नाथ सी जो जेलम तो बारा को पच्छम वल एक पहाड़ी दे टिले उपर रहंदा सी। यह परोपकारी अते रहम दिल साधु सी। गुरु नानक देव जी महाराज इस दे आश्रम ची पधारे सन। बाबा गुरु नानक देव जी ने इस टिले उपर सारे जोगियां नू एक रब दा उपदेश दिता अते किरत करनी अते इंसानियत नाल जोड़िया जिस दे नाल बाल गुंदाई नाथ अते जोगी सतगुर दे शरदालु बन गए। महाराजा रणजीत सिंह ने अपने दौरे हुकूमत विच बाबा जी दी याद विच एक गुरद्वारा साहब अते सब धर्मां वास्ते एक बहुत वड्डा सरोवर भी बनाया। सामने तुहानूं जिहड़ी बिल्डिंग जिहड़ी स्थान जिहड़ी जगह नज़र आ रही है ये बाबा जी नानक सरकार दे नाल मनसूब आ। इसे जगह पर आके बाबा नानक सरकार ने अपने जिहड़े आ कदम प्राप्त किए कदम पाए चरण पाए अंदर जिहड़ी आ गद्दी बनी है जिथे बाबा नानक सरकार आके बैठे तो अपने रब नाल हम कलाम होए तपस्या की। आओ तुहानूं चलते हैं इहदी अंदर वाली वो पवित्र जगह का दर्शन कराने दीदार कराने। आओ चलते हैं। यह स्क्रीन पर जिहड़ा गेट नज़र आ रहा दरवाज़ा नज़र आ रहा है यह दरवाज़ा लंगर हाल का मेन दरवाज़ा सी। उस टाइम इतने लंगर हाल हुंदा सी। इस दरवाजे तो लंघ के साधु जोगी ते दूजियां संगतां जिहड़ियां जाके लंगर छकदियां सन। ਪਿੱਛੇ ਤੁਸੀਂ ਜੋ ਸਰੋਵਰ ਸਾਹਿਬ ਵੇਖ ਰਹੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਦੌਰੇ ਹਕੂਮਤ 'ਚ ਮਹਾਰਾਜਾ ਰਣਜੀਤ ਸਿੰਘ ਨੇ ਤਮੀਰ ਕਰਵਾਇਆ ਇਹਦੀ ਸੇਵਾ ਕਰਵਾਈ। ਇਹ ਉਹੀ ਸਥਾਨ ਆ ਉਹੀ ਜਗ੍ਹਾ ਜਿੱਥੇ ਬਾਬਾ ਨਾਨਕ ਸਰਕਾਰ ਨੇ ਜੋਗੀਆਂ ਨੂੰ ਰੱਬ ਦੇ ਨਾਲ ਜੋੜਿਆ।
सरोवर साहब के चारों तरफ इस तरह के खूबसूरत थड़े सरोवर साहब की खूबसूरती नूं होर वधा देंदे ने। ते आओ हुण सामने तो नज़र आ रहा है टैंपल आ बाल गुंदाई दा। इस टैंपल इस जगह ते भी बाबा गुरु नानक साहब ने अपने कदम पाए ते काफ़ी देर इस टैंपल दे इस जगह ते रहे। यह जिहड़ा तुहानूं नज़र आ रहा है यह कुछ चिलागा वा इत्थे कुछ साधु या योगी या दूसरे को बुजुर्ग इत्थे बह के जिहड़ा वो चिला करते सन। उन्नीस सौ संताली की जब वंड हो गई पार्टीशन हो गई इस जगह उपर लगभग सवा लख दे कोल जोगी पहाड़ की चोटी उपर मौजूद सन। पहाड़ की चोटी होने करके वंड की खबर इन्हों जोगियों तक बहुत लेट पहुँची तो ये जोगी काफ़ी महीनों बाद इस टिले तो इंडिया सही सलामत चले गए। अज भी इंडिया विच गोरखनाथ अते नाथपंथी दे बेशुमार मंदिर हैं पर इस सारे इतिहासिक मंदिर जड़े इस टिले ते ने अज भी उन्हां जोगियां दी उड़ीक कर रहे हैं।